ਕਿਸਾਨ ਅੰਦੋਲਨ ਲਗਾਤਾਰ ਸ਼ੰਭੂ ਬਾਰਡਰ 'ਤੇ ਜਾਰੀ ਹੈ ਔਰ ਉਸਦਾ ਸਮਰਥਨ ਵੱਖ ਵੱਖ ਜਿਹੜੀਆਂ ਜਥੇਬੰਦੀਆਂ ਉਹ ਵੀ ਕਰ ਰਹੀਆਂ ਨੇ। ਬੇਸ਼ੱਕ ਸ਼ੰਭੂ ਬਾਰਡਰ ਦੇ ਉੱਤੇ ਜਿਹੜੀਆਂ ਜਥੇਬੰਦੀਆਂ ਨਹੀਂ ਪਹੁੰਚੀਆਂ ਨੇ, ਪਰ ਉਸ ਤੋਂ ਇਲਾਵਾ ਵੀ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਜਿਹੜੇ ਟੋਲ ਪਲਾਜ਼ੇ ਜਿਹੜੇ ਨੇ ਫ੍ਰੀ ਕਰਾ ਦਿੱਤੇ ਗਏ ਨੇ। ਮੈਂ ਇਸ ਲਈ ਮੌਜੂਦ ਹੈਗਾ ਲੁਧਿਆਣਾ ਦੇ ਸਤਲੁਜ ਨਦੀ ਦੇ ਕੰਢੇ 'ਤੇ ਬਣੇ ਨੈਸ਼ਨਲ ਟੋਲ ਦੇ ਉੱਤੇ। ਸਭ ਤੋਂ ਪਹਿਲਾਂ ਮੈਂ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਮੈਂ ਨੈਸ਼ਨਲ ਟੋਲ ਦੀਆਂ, ਜਿਹੜਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਪਿਛਲੇ 2 ਦਿਨ ਤੋਂ ਲਗਾਤਾਰ ਇਹ ਫ੍ਰੀ ਕਰਾਇਆ ਹੋਇਆ ਵੈ। ਅੱਜ ਦੂਸਰਾ ਦਿਨ ਹੈ, ਤੁਸੀਂ ਦੇਖ ਸਕਦੇ ਹੋ ਅੱਜ ਵੀ ਇਹ ਜਿਹੜਾ ਵੈ ਟੋਲ ਫ੍ਰੀ ਕਰਾ ਦਿੱਤਾ ਗਿਆ ਵੈ। ਔਰ ਪੰਜਾਬ ਦਾ ਇੱਕੋ ਇੱਕ ਸਭ ਤੋਂ ਵੱਡਾ ਇਹ ਟੋਲ ਹੈਗਾ ਵੈ, ਜਿਸ ਤੋਂ ਕਿਹਾ ਜਾਂਦਾ ਵੈ ਕਿ ਲਗਭਗ 1 ਦਿਨ ਦੀ ਆਮਦਨ ਜਿਹੜੀ ਕੇਂਦਰ ਸਰਕਾਰ ਨੂੰ 1 ਕਰੋੜ ਦੀ ਹੈਗੀ ਹੈ। ਤਾਂ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇ ਅਗਰ ਇਹ ਟੋਲ ਪਲਾਜ਼ਾ 1 ਦਿਨ ਵੀ ਬੰਦ ਹੁੰਦਾ ਵੈ ਤਾਂ ਕੇਂਦਰ ਸਰਕਾਰ ਨੂੰ 1 ਕਰੋੜ ਦੀ ਸਿੱਧਾ ਸਿੱਧਾ ਨੁਕਸਾਨ ਹੁੰਦਾ ਵੈ। ਤਾਂ ਉਸ ਚੀਜ਼ ਨੂੰ ਲੈ ਕੇ ਜਿਹੜੇ ਕਿਸਾਨ ਜਥੇਬੰਦੀਆਂ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਅਸੀਂ ਗੱਲ ਕਰ ਲੈਂਦੇ ਹਾਂ। ਗੁਰਪ੍ਰੀਤ ਗੁਰਾਹਾ ਦੇ ਹੈਗੇ ਨੇ, ਜਿਹੜੇ ਪ੍ਰਧਾਨ ਹੈਗੇ ਨੇ, ਇਹਨਾਂ ਨਾਲ ਅਸੀਂ ਗੱਲ ਕਰਦੇ ਹਾਂ। ਗੁਰਪ੍ਰੀਤ ਜੀ, 2 ਦਿਨ ਤੋਂ ਟੋਲ ਫ੍ਰੀ ਕਰਾਇਆ, ਕਿਸਾਨ ਜਥੇਬੰਦੀਆਂ ਸ਼ੰਭੂ ਬਾਰਡਰ 'ਤੇ ਜਾ ਨਹੀਂ ਰਹੀਆਂ, ਇੱਥੇ ਪ੍ਰੋਟੈਸਟ ਕਰ ਰਹੀਆਂ, ਕਿਉਂ? ਦੇਖੋ ਜੀ, ਗੱਲ ਜਿਹੜਾ ਹੀ ਇਹ ਸਾਡਾ ਪ੍ਰੋਟੈਸਟ ਆ ਜਿਹੜਾ ਕੀਤਾ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ, ਜੋ ਇਹ ਕੌਲ ਦਿੱਤੀ ਕਿ ਜਿਹੜੇ ਸਾਡੀਆਂ ਸਾਂਝੀਆਂ ਮੰਗਾਂ 'ਤੇ ਸਾਡੀਆਂ ਕੁਝ ਜਥੇਬੰਦੀਆਂ ਸ਼ੰਭੂ ਕਨੌਰੀ ਗਈਆਂ, ਉਹਨਾਂ ਨੇ ਦਿੱਲੀ ਜਾਣਾ ਸੀਗਾ ਅਤੇ ਅਜੇ SKM ਦੀ ਪੂਰੀ ਕੌਲ ਆਈ ਨਹੀਂ ਸੀਗੀ, ਅਤੇ ਅਸੀਂ ਇੱਕ ਜਿਹੜੇ 16 ਤਰੀਕ ਨੂੰ ਭਾਰਤ ਬੰਦ ਦਾ ਆਲ ਇੰਡੀਆ ਟ੍ਰੇਨਿੰਗ ਦਾ ਜੋ ਹੋਕਾ ਸੀ ਅਤੇ ਨਾਲ SKM ਦਾ ਜਿਹੜਾ ਪ੍ਰੋਗਰਾਮ ਸੀ ਉਹਦੇ ਲਈ ਅਜੇ ਅਸੀਂ ਬੈਠੇ ਸੀਗੇ, ਅਤੇ ਉੱਥੇ ਉਹਨਾਂ ਦੇ ਜਾਂਦਿਆਂ 'ਤੇ ਹਰਿਆਣੇ ਦੀ ਖੱਟਰ ਸਰਕਾਰ ਨੇ, BJP ਸਰਕਾਰ ਨੇ ਇੰਡੀਆ ਪਾਕਿਸਤਾਨ ਤੋਂ ਵੀ ਵੱਡਾ ਬਾਰਡਰ ਬਣਾਤਾ, ਕੰਧਾਂ ਕੰਕਰੀਟ ਦੀਆਂ ਬਣਾਤੀਆਂ, ਕਿੱਲ ਗੱਡ 'ਤੇ ਉਲਟਾ ਦਾ ਉਲਟਾ ਉੱਥੇ ਸ਼ਾਂਤਮਈ ਜਾਂਦੇ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ, ਕਿਵੇਂ ਉਹਨਾਂ ਦੇ ਗੋਲੀਆਂ ਮਾਰੀਆਂ, 200 ਤੋਂ ਉੱਤੇ ਸਾਡੇ ਕਿਸਾਨ ਜ਼ਖਮੀ ਹੋ ਗਏ, ਇੱਕ ਕਿਸਾਨ ਸਾਡਾ ਪਰਸੋਂ ਗਿਆਨ ਸਿੰਘ ਸ਼ਹੀਦ ਵੀ ਹੋ ਗਿਆ। ਪਰ ਅਸੀਂ ਇਸੇ ਰੋਸ ਵਜੋਂ ਉਸ ਦਿਨ 15 ਤਰੀਕ ਨੂੰ ਰੇਲਾਂ ਵੀ ਰੋਕੀਆਂ ਸੀ ਉਹਨਾਂ ਭਰਾਵਾਂ ਦੀ ਹਮਾਇਤ 'ਤੇ ਆ, ਅਤੇ ਨਾਲ ਹੀ 16 ਤਰੀਕ ਦਾ ਭਾਰਤ ਬੰਦ ਸੀ, ਅਤੇ ਕੱਲ੍ਹ ਜਿਹੜੇ ਅੱਜ ਸੰਯੁਕਤ SKM ਦੀ ਵੀ ਆਪਣੇ ਮੀਟਿੰਗ ਆ ਅਤੇ ਅੱਜ ਸਰਕਾਰ ਨਾਲ ਵੀ ਮੀਟਿੰਗ ਆ, ਅਤੇ ਅਸੀਂ ਸਾਫ਼ ਉਹਦੇ ਨਾਲ ਐਲਾਨ ਕਰਤਾ ਸੀ ਸਾਡੀ ਜਥੇਬੰਦੀ ਨੇ ਕਿ ਜੇ ਅਸੀਂ ਆ ਵਿੱਚ ਸੰਨ 'ਚ ਜਿਹੜੇ 2 ਦਿਨ ਨੇ ਕਿ ਅਸੀਂ ਪੂਰੇ ਪੰਜਾਬ ਦੇ ਟੋਲ ਫ੍ਰੀ ਕਰਾਂਗੇ, ਅਤੇ ਨਾਲ BJP ਦੇ ਜਿਹੜੇ ਵੱਡੇ 3 ਲੀਡਰ ਆ ਜੀ, ਜ ਸੁਨੀਲ ਜਾਖੜ ਪੰਜਾਬ ਪ੍ਰਧਾਨ ਨੇ BJP ਦੇ, ਉਹਨਾਂ ਦੇ ਦਰਾਂ 'ਚ ਬੈਠੇ ਹਾਂ, ਕੈਪਟਨ ਅਮਰਿੰਦਰ ਸਿੰਘ ਦੇ ਦਰਾਂ 'ਚ ਬੈਠੇ ਹਾਂ ਪਟਿਆਲੇ, ਅਤੇ ਨਾਲ ਬਰਨਾਲੇ ਕੇਵਲ ਢਿੱਲੋਂ ਦੇ ਬੈਠੇ ਹਾਂ, ਕਿ ਇਹਨਾਂ 3 ਲੀਡਰਾਂ ਨੂੰ ਦੱਸਾਂਗੇ ਕਿ ਤੁਸੀਂ ਭਾਈ ਜਿਹੜੇ ਸਾਡੇ ਕਿਸਾਨਾਂ ਦੇ ਤਸ਼ੱਦਦ ਕੀਤਾ, ਮੰਨੀਆਂ ਹੋਈਆਂ ਮੰਗਾਂ ਕਿਸਾਨ ਅੰਦੋਲਨ ਦੀਆਂ, ਚਾਹੇ MSP ਦੀ ਗੱਲ ਆ ਗਰੰਟੀ ਦੀ, ਚਾਹੇ ਉਹਦੀ ਉਹਨੂੰ ਬੇਹਦਾ ਕਾਨੂੰਨ ਬਣਾਉਣ ਦੀ ਗੱਲ ਆ, ਚਾਹੇ ਸਾਡੇ ਕਰਜ਼ਾ ਮਾਫੀ ਦੀ ਗੱਲ ਆ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ, ਅਤੇ ਨਾਲ ਸਾਨੂੰ ਪੈਨਸ਼ਨ ਦੀ ਸਕੀਮ ਦੀ ਗੱਲ ਆ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਰਹਿੰਦੀ ਆ, ਜਿਹ 'ਚ ਸਾਡੇ 4 ਕਿਸਾਨ ਅਤੇ 1 ਸਾਡਾ ਪੱਤਰਕਾਰ ਭਰਾ ਜਿਹਦੇ ਉੱਤੋਂ ਦੀ ਗੱਡੀ ਲਤੜ ਕੇ, ਉਹ ਅਜੇ ਮਿਸ਼ਰਾ ਟੈਣੀ ਜਿਹੜਾ ਗੁੰਡਾ ਉੱਥੋਂ ਦਾ ਮੰਤਰੀ ਆ, ਉਹ ਅਜੇ ਤੱਕ ਸਾਨੂੰ ਇਨਸਾਫ਼ ਨਹੀਂ ਮਿਲਿਆ। ਦਿੱਲੀ ਅੰਦੋਲਨ ਨਾਲ 750 ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ ਆ, ਮਜ਼ਦੂਰ ਸ਼ਹੀਦ ਹੋਏ ਆ, ਉਹਨਾਂ ਦੇ ਅਜੇ ਕੋਈ ਪਰਿਵਾਰਾਂ ਨੌਕਰੀਆਂ ਵੀ ਰਹਿੰਦੀਆਂ, ਕੰਪਨਸੇਸ਼ਨ ਵੀ ਰਹਿੰਦਾ ਵਾ, ਅਤੇ ਇਹ ਸਾਰੀਆਂ ਮੰਗਾਂ ਸਾਡੀਆਂ ਬਿਜਲੀ ਐਕਟ 2021 ਜਿਹੜਾ ਉਹ ਰੱਦ ਕਰਨ ਲਈ, ਅਤੇ ਇਸੇ ਤਰ੍ਹਾਂ ਹੀ ਇਹ ਸਾਰੀਆਂ ਮੰਗਾਂ ਸਾਡੀਆਂ ਮੰਨੀਆਂ ਹੋਈਆਂ ਨੇ, ਕੁਛ ਮੰਗਾਂ ਮੰਨੀਆਂ ਪੂਰੀਆਂ ਮੰਨੀਆਂ ਹੋਈਆਂ, ਸਰਕਾਰ ਲਾਗੂ ਨਹੀਂ ਕਰ ਰਹੀ, 2 ਸਾਲ ਦਾ ਸਮਾਂ ਹੋ ਗਿਆ, ਅਤੇ ਆਹ ਜਿਹੜਾ ਅਸੀਂ ਐਕਸ਼ਨ ਕੀਤਾ ਅਤੇ ਟੋਲ ਪਲਾਜ਼ੇ ਬੰਦ ਕੀਤੇ ਆ ਪੰਜਾਬ ਦੇ, ਇਹ ਅਸੀਂ ਅੱਜ ਦੀ ਮੀਟਿੰਗ ਦੀ ਤੱਕ ਆ ਸਰਕਾਰ 'ਤੇ ਦਾਅ ਪਾਈ ਆ ਕਿ ਜੇ ਅੱਜ ਮੀਟਿੰਗ 'ਚ ਤੁਸੀਂ ਹੱਲ ਨਹੀਂ ਕੱਢਦੇ ਤਾਂ ਸਾਡੀ SKM ਨੇ ਅੱਜ ਸਾਡਾ ਐਲਾਨ ਆ ਜਾਣਾ ਕਿ ਅਸੀਂ ਵੀ ਆਪਣੇ ਭਰਾਵਾਂ ਦੀ ਜਾ ਕੇ ਨਾਲ ਪਿੱਠ 'ਤੇ ਜਾਵਾਂਗੇ।
SKM ਦੀ ਮੀਟਿੰਗ ਦੀ ਅੱਜ ਅਸੀਂ ਸਰਕਾਰ ਦੀ ਮੀਟਿੰਗ ਦੀ ਅੱਜ ਵੇਟ ਹੋਊ ਅਤੇ ਉਦੋਂ ਬਾਅਦ ਅਗਲਾ ਐਕਸ਼ਨ ਸਾਨੂੰ ਜਿਵੇਂ ਸਟੇਟ ਕਮੇਟੀ ਦਾ ਆਊਗਾ ਸਾਡੀ ਸੂਬਾ ਕਮੇਟੀ ਦਾ ਅਸੀਂ ਉਸ ਦੇ ਵਿੱਚ ਨਾਲ ਜਾਵਾਂਗੇ। ਕਿਹੋ ਜਿਹੇ ਤਿੱਖੇ ਰੁੱਖ ਅਪਣਾ ਸਕਦੇ ਹੋ, ਕਿਹੋ ਜਿਹੇ ਤਿੱਖੇ ਰੁੱਖ ਅੱਗੇ ਆਉਣ ਵਾਲੇ ਦਿਨਾਂ 'ਚ ਹੋ ਸਕਦੇ ਨੇ ਤੁਹਾਡੇ? ਦੇਖੋ ਤਿੱਖੇ ਰੁੱਖ ਤਾਂ ਇਹ ਹੁੰਦੇ ਆ ਕਿ ਅੱਗੇ ਵੀ 13 ਮਹੀਨੇ ਦਿੱਲੀ ਆਪਾਂ ਬੈਠੇ ਹਾਂ, ਪੰਜਾਬ 'ਚ ਵੀ ਚੱਲੇ ਹਾਂ, ਸ਼ਾਂਤਮਈ ਪੀਸਫੁੱਲ ਉਹ ਸਾਡਾ ਹਮੇਸ਼ਾ ਡੈਮੋਕ੍ਰੇਸੀ ਦਾ ਸਾਡਾ ਹੱਕ ਆ ਲੋਕਤੰਤਰ ਦੇ ਵਿੱਚ, ਅਤੇ ਅਸੀਂ ਸ਼ਾਂਤਮਈ ਧਰਨਾ ਲਾਉਣਾ। ਜੇ ਸਾਨੂੰ ਇਹ ਆ ਕਿ ਅਸੀਂ ਜਿਵੇਂ ਅੱਗੇ ਇਹਨਾਂ ਦੇ ਘਰਾਂ 'ਚ ਪਿੰਡਾਂ 'ਚ ਨਹੀਂ ਵੰਡ ਦਿੱਤਾ, ਅਸੀਂ ਇਹਨਾਂ ਦੇ ਦਰਾਂ 'ਚ ਵੀ ਜਾਵਾਂਗੇ ਬੀਜੇਪੀ ਦੇ ਲੀਡਰਾਂ ਦੇ, ਚਾਹੇ ਇਹਨਾਂ ਦੇ ਸਾਨੂੰ ਜਿਵੇਂ ਪੰਜਾਬ ਦੀ ਕਾਲ ਆਊਗੀ ਜਿਵੇਂ ਦਿੱਲੀ ਦੀ ਕਾਲ ਆਊਗੀ ਤਾਂ ਸਾਰਾ ਕੁਝ ਲੰਘ ਕੇ ਜਾਵਾਂਗੇ। ਹਰਿਆਣਾ ਸਰਕਾਰ ਨੂੰ ਇਹ ਹਰਿਆਣੇ ਦੇ ਸਾਡੇ ਵੀਰ ਜਿਨ੍ਹਾਂ ਨੂੰ ਇਹ ਡਰਾ ਧਮਕਾ ਰਹੇ ਆ, ਅਨਾਊਂਸਮੈਂਟਾਂ ਕਰਾ ਰਹੇ ਆ ਕਿ ਕਿਸਾਨਾਂ ਦੇ ਨਾਲ ਪੰਜਾਬ ਦੇ ਨਾਲ ਨਾ ਜੁੜਿਓ, ਪਰ ਇਸ ਕਰਕੇ ਜਿਹੜੀ ਇਹ ਗੱਲ ਇਹ ਸਰਕਾਰ ਨੂੰ ਕੰਨ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ। ਉਹ ਸਰਕਾਰ ਜਿਹੜੀ 15-15 ਲੱਖ ਦੇ ਲੋਕਾਂ ਦੇ ਖਾਤਿਆਂ 'ਚ ਪਾਉਂਦੀ ਸੀ, ਇੱਕ ਰੈਂਕ ਇੱਕ ਪੈਨਸ਼ਨ ਦਿੰਦੀ ਸੀ, ਜਿਹੜੀ ਕਹਿੰਦੀ ਸੀ 2 ਕਰੋੜ ਨੌਕਰੀਆਂ ਦੇਵਾਂਗੇ, ਜਿਹਨਾਂ ਨੇ ਨੋਟਬੰਦੀ ਕਰਕੇ 14 ਲੱਖ ਕਰੋੜ ਰੁਪਈਆ ਲਿਆਉਣਾ ਸੀਗਾ ਉਹ ਕਿੱਥੇ ਗਿਆ? ਉਹ ਉਹਨਾਂ ਦਾ ਕਾਰਪੋਰੇਟ ਘਰਾਣਿਆਂ ਦਾ ਉਹਨਾਂ ਦਾ ਵਾਈਟ ਕਰਤਾ ਪੈਸਾ, ਅਤੇ ਲੋਕਾਂ ਨੂੰ ਇਹ ਤਾਂ ਸੜਕਾਂ 'ਤੇ ਰੋਲਿਆ ਕਰੇਗਾ। ਆਹ ਕਰੋਨਾ ਦੀ ਬਿਮਾਰੀ ਵੇਲੇ ਤਾਂ ਕੋਈ ਸਰਕਾਰ ਦੇ ਪ੍ਰਬੰਧ ਨਹੀਂ ਸੀ, ਅਤੇ ਮਾਵਾਂ ਭੈਣਾਂ ਜਿਹੜੇ ਸਾਡੇ ਪ੍ਰਵਾਸੀ ਭਰਾ ਸੀ ਉਹ ਰੇਲਾਂ ਦੀਆਂ ਲੀਹਾਂ 'ਤੇ ਮਰੇ ਨੇ। ਇਹ ਸਰਕਾਰ ਇਹ ਕਾਰਪੋਰੇਟਾਂ ਦੀ ਸਰਕਾਰ ਆ, ਨਾ ਕਿ ਕਿਸਾਨਾਂ ਦੀ ਸਰਕਾਰ ਆ। ਗੁਰਪ੍ਰੀਤ ਜੀ, ਇੱਕ ਚੀਜ਼ ਹੋਰ ਨਹੀਂ ਸਮਝ ਆਉਂਦੀ ਕਿ ਜਿਹੜੇ ਬੀਜੇਪੀ ਦੇ ਲੀਡਰ ਹੈਗੇ ਉਹ ਤਾਂ ਸਾਫ਼ ਤੌਰ 'ਤੇ ਕਹਿੰਦੇ ਪਏ ਨੇ ਕਿ 2024 ਦਾ ਇਲੈਕਸ਼ਨ ਆ ਗਿਆ, ਇਸ ਕਰਕੇ ਪੋਲੀਟੀਕਲ ਸਟੰਟ ਹੈਗਾ ਵੈ, ਔਰ ਦੂਜੀ ਪਾਰਟੀਆਂ ਦੇ ਕਿਤੇ ਨਾ ਕਿਤੇ ਨਕਸ਼ੇ ਕਦਮ 'ਤੇ ਤੁਸੀਂ ਚੱਲ ਰਹੇ ਹੋ। ਦੇਖੋ ਇਲੈਕਸ਼ਨਾਂ ਦਾ ਤਾਂ 21 'ਚ ਕਿਹੜੀਆਂ ਇਲੈਕਸ਼ਨਾਂ ਸੀਗੀਆਂ? 26 ਨਵੰਬਰ 2020 ਨੂੰ ਗਏ ਹਾਂ, ਉਦੋਂ ਵੀ ਕਾਲੇ ਕਾਨੂੰਨ ਆਏ, ਅਤੇ ਅਸੀਂ ਇਹ ਗੱਲ ਹੁੰਦੀ ਆ, ਇੱਕ ਇਹ ਸਾਡਾ ਐਕਸ਼ਨ ਹੁੰਦਾ ਜਥੇਬੰਦੀਆਂ ਦਾ ਕਿ ਜਦੋਂ ਇਲੈਕਸ਼ਨਾਂ ਹੁੰਦੀਆਂ ਸਿਰ 'ਤੇ ਉਦੋਂ ਇਹਨਾਂ 'ਤੇ ਜਿਹੜਾ ਦਬਾਅ ਬਣਾ ਲਈਏ, ਉਦੋਂ ਇਹ ਕੁਛ ਨਾ ਕੁਛ ਮੰਗਾਂ ਮੰਨਦੇ ਹੁੰਦੇ ਆ। ਕਿਉਂ? ਕਿਉਂਕਿ ਉਹਨਾਂ ਨੇ ਉਹ ਤਾਕਤਾਂ 'ਤੇ ਬਹਿਣਾ, ਅਤੇ ਇਸ ਕਰਕੇ ਜੇ ਆਹ ਦਿਨਾਂ ਦੇ ਵਿੱਚ ਅਸੀਂ ਪ੍ਰੈਸ਼ਰ ਗਰੁੱਪ ਨਾ ਬਣਾਵਾਂਗੇ, ਇਹ ਸਾਡੇ ਲੋਕਾਂ ਦੀ ਆਵਾਜ਼ ਆ ਕਿ ਜਿਹੜੀਆਂ ਰਹਿੰਦੀਆਂ ਮੰਗਾਂ 2024 ਤੋਂ ਇਲੈਕਸ਼ਨ ਤੋਂ ਪਹਿਲਾਂ ਇਹ ਆਪਾਂ ਲਾਗੂ ਕਰਾਉਣੀਆਂ ਨੇ, ਇਹ 'ਚ ਕੋਈ ਸਿਆਸੀ ਪਾਰਟੀ। ਤੁਹਾਡੇ ਕਹਿਣ ਦਾ ਮਤਲਬ ਕਿਤੇ ਨਾ ਕਿਤੇ ਸਾਫ਼ ਤੌਰ 'ਤੇ ਕਿ 2024 ਦੇ ਇਲੈਕਸ਼ਨਾਂ ਦੇ ਮੱਦੇਨਜ਼ਰ ਹੀ ਤੁਸੀਂ ਆਪਣਾ ਜਿਹੜਾ ਵਾ ਦਬਾਅ ਬਣਾ ਰਹੇ ਹੋ? ਦੇਖੋ ਦਬਾਅ ਸਾਡਾ 2 ਸਾਲ ਹੋ ਗਏ ਡੀਕਦਿਆਂ ਨੂੰ, ਅੱਜ ਤੁਹਾਡੀ ਜੀ ਕਮੇਟੀ ਬਣਾਉਂਦੇ ਹਾਂ, ਅੱਜ ਤੁਹਾਨੂੰ MSP ਦਿੰਦੇ ਹਾਂ, ਅੱਜ ਸਾਡੇ ਤੁਸੀਂ ਦੇਖੋ ਪਿਛਲੇ ਸਾਲ ਗੜੇਮਾਰੀ ਹੋਈ, ਹੜ੍ਹ ਆ ਗਏ 2 ਵਾਰੀ ਪੰਜਾਬ ਦੇ ਵਿੱਚ, ਇੱਧਰੋਂ ਸਤਲੁਜ ਬਿਆਸ ਡਬੋਈ ਜਾਂਦਾ ਸੀ, ਉੱਧਰੋਂ ਘੱਗਰ ਡਬੋਈ ਜਾਂਦਾ ਸੀ, ਕਿਹਨੇ ਆ ਕੇ ਬਾਂਹ ਫੜੀ? ਕਿਸੇ ਦੇ ਲੋਕਾਂ ਨੇ ਘਰ ਰੁੜ ਗਏ, ਲੋਕਾਂ ਦੇ ਡੰਗਰ ਮਰ ਗਏ, ਲੋਕਾਂ ਨੂੰ 1-1 ਸਾਲ ਤੱਕ ਖੇਤੀ ਨਹੀਂ ਹੋਣੀ, ਕਿਹਨੇ ਪੁੱਛਿਆ ਕਿ ਲੋਕਾਂ ਨੇ ਇੱਕ ਦੂਜੇ ਨੇ ਸਾਥ ਦਿੱਤਾ? ਨਾ ਪੰਜਾਬ ਸਰਕਾਰ ਨੇ ਨਾ ਸੈਂਟਰ ਸਰਕਾਰ ਨੇ, ਭੋਰਾ ਵੀ 2 ਟੱਕ ਬੋਲੇ ਹੁਣ, ਅਤੇ ਫਿਰ ਅਸੀਂ ਕਿਵੇਂ ਨਾ ਦਬਾਅ ਪਾਈਏ ਬਈ? ਇਹ ਸਾਡਾ ਦਬਾਅ ਆ, ਸਾਡੀਆਂ ਮੰਗਾਂ ਮੰਨੀਆਂ ਲਾਗੂ ਕਰਾਉਣੀਆਂ ਇਹਨਾਂ ਦੇ ਇਲੈਕਸ਼ਨਾਂ ਵੇਲੇ ਨਾ, ਜਿੰਨਾ ਇਹਨਾਂ ਧੌਣ 'ਤੇ ਗੋਡਾ ਰੱਖਦੇ ਹਾਂ ਤਾਂ ਇਹਨਾਂ ਨੂੰ ਇਹ ਹੁੰਦਾ ਕਿ ਅਸੀਂ ਹੁਣ ਲੋਕਾਂ ਤੋਂ ਵੋਟਾਂ ਲੈਣੀਆਂ ਨੇ, ਪਰ ਅਸੀਂ ਇਹਨਾਂ ਲਾਰੇ 'ਚ ਨਹੀਂ ਰੱਖਣਾ। ਜਿਹੜੀ ਇਹ ਟਪਾ ਰਹੇ ਆ ਸਮਾਂ, ਸਰਕਾਰ ਟਪਾ ਰਹੀ ਆ, ਮਤਲਬ ਕਿ ਇਹਨਾਂ ਨੂੰ ਇਹ ਆ ਕਿ ਹੁਣ ਅਸੀਂ ਕੋਡ ਆਫ ਕੰਡਕਟ ਵੀ ਲੱਗਣ ਵਾਲਾ, ਇਲੈਕਸ਼ਨ ਨੇੜੇ ਆ, ਪਰ ਸਰਕਾਰ 'ਤੇ ਦਬਾਅ ਪੂਰਾ ਰੱਖਾਂਗੇ। ਇਹਨਾਂ ਨੂੰ 2024 ਦੇ ਵਿੱਚ ਲੋਕ, ਦੇਸ਼ ਦੇ ਕਿਸਾਨ ਦੱਸਣਗੇ ਮਜ਼ਦੂਰ, 1 ਲੱਖ ਕਰੋੜ ਕਰਜ਼ਾ ਪੰਜਾਬ ਸਿਰ, ਪੂਰੇ ਦੇਸ਼ ਦਾ 9 ਲੱਖ ਕਰੋੜ ਬਣਦਾ, ਅਤੇ ਇਕੱਲੇ ਕਾਰਪੋਰੇਟ ਘਰਾਣਿਆਂ ਨਾਲ 10 ਲੱਖ ਕਰੋੜ ਰੁਪਈਆ ਮਾਫ਼ ਕਰਤਾ ਬਈ, 5 ਲੱਖ ਕਰੋੜ ਟੈਕਸ ਮਾਫ਼ ਕਰਤਾ, ਕੀ ਗੱਲ? ਆ ਜਿਹੜੇ 85-90% ਤੁਸੀਂ ਅਸੀਂ ਹਾਂ, ਅਤੇ ਸਾਡੇ ਜੇ ਬੰਦੇ ਦਾ ਕੋਈ ਕਰਜ਼ਾ ਮਾਫ਼ ਨਹੀਂ, ਕੀ ਗੱਲ? ਲੋਕਾਂ ਵੋਟਾਂ ਲੋਕਾਂ ਤੋਂ ਲੈਣੀਆਂ ਅਤੇ ਕਾਰਪੋਰੇਟਾਂ ਦੇ ਹੱਕਾਂ 'ਚ ਜਾਣਾ। ਕੁੱਲ ਮਿਲਾ ਕੇ ਇਹ ਦਬਾਅ ਬਣਾਉਣ ਦੀ ਨੀਤੀ ਬਣਾਈ ਜਾ ਰਹੀ ਹੈ, ਔਰ ਦੂਜਾ ਜਿਹੜਾ ਅੱਗੇ ਹੋਊਗਾ ਰਣਨੀਤੀ ਉਹ ਕੀ ਹੋਊਗੀ? ਅਗਲੀ ਰਣਨੀਤੀ ਜਿਵੇਂ ਸਾਡੀ ਸਟੇਟ ਕਮੇਟੀ ਦੀ ਆਊਗੀ, ਅਸੀਂ ਤਾਂ ਦੇਖੋ ਸਾਨੂੰ ਡਿਸਟ੍ਰਿਕਟ ਦਾ ਇਹ ਦੱਸਣਾ ਉਹਨਾਂ ਨੇ, ਜੋ ਸਾਡੀ ਸਟੇਟ ਕਮੇਟੀ ਦੀ ਹੋਊਗੀ SKM ਦੀ ਮੀਟਿੰਗ ਦੇ ਅੱਜ ਨਾਲ ਹੀ, ਅੱਜ ਮੀਟਿੰਗ ਦੇ ਤੱਕ ਤੈਅ ਹੋ ਜਾਣਾ ਕਿ ਕਿਹੜਾ ਐਕਸ਼ਨ
ਕਿੱਧਰ ਨੂੰ ਦਿੱਲੀ ਵੱਲ ਨੂੰ ਕੂਚ ਕਰਨਾ, ਪੰਜਾਬ 'ਚ ਕਿੰਨਾ ਪ੍ਰਦਰਸ਼ਨ ਰੱਖਣਾ, ਬੀਜੇਪੀ ਦੇ ਘਰਾਂ ਦੇ ਲੀਡਰਾਂ ਨੂੰ ਕਿੰਨਾ ਟਾਈਮ ਘੇਰ ਕੇ ਰੱਖਣਾ, ਉਹ ਸਾਰਾ ਕੁਛ ਅੱਜ ਸ਼ਾਮ ਨੂੰ ਤਿਆਰੀ ਪੂਰੀ ਆ ਜੀ, ਸਭ ਦੀ ਤਿਆਰੀ ਪੂਰੀ ਆ, ਬਸ ਅੱਜ ਦੀ ਮੀਟਿੰਗ 'ਤੇ ਗੱਲ ਆ ਅਤੇ ਇਸ ਸਕੀਮ ਦੀ ਕਾਲ ਸ਼ਾਮ ਨੂੰ ਕੁਛ ਵੀ ਨਿਕਲ ਕੇ ਆਉਂਦਾ ਨਤੀਜਾ ਤਾਂ ਸ਼ਾਮ ਨੂੰ ਤੁਰ ਪਉਂਗੇ? ਸਾਡੀ ਇਹ ਹੁੰਦੀ ਹੈ ਇੱਕ ਪਲੈਨਿੰਗ ਨਾਲ ਜਾਣਾ ਪੈਂਦਾ ਹੁੰਦਾ ਜੀ, ਕੋਈ ਵੀ ਲੜਾਈ ਲੜਨੀ ਆ ਉਹਦੀ ਤਿਆਰੀ ਕਰਨੀ ਹੁੰਦੀ ਆ, ਸਮਾਂ ਇੱਕ ਦੋ ਦਿਨ ਹੁੰਦੇ ਨੇ, ਕੋਈ ਇਹ ਨਹੀਂ ਹੁੰਦਾ ਕਿ ਜੇ ਆਪਾਂ ਉਹ ਅੰਦੋਲਨ ਜਿੱਤੇ ਹਾਂ, ਲੜਾਈ ਸਾਡੀ ਤਿਆਰ, ਮਤਲਬ ਪੂਰੀ ਲੋਕਾਂ ਦਾ ਦੇਖੋ ਟਰਾਲੀਆਂ ਤਰਪਾਲਾਂ ਪਾਈਆਂ ਖੜੀਆਂ, ਲੋਕਾਂ ਨੇ ਰਾਸ਼ਨ ਰੱਖਿਆ ਬੈਠਾ ਕਿ ਦਿੱਲੀ ਜਾਣ ਲਈ ਸਾਰੇ ਤਿਆਰ ਬੈਠੇ ਆ, ਬਸ ਅੱਜ ਦੀ ਅੱਜ ਮੀਟਿੰਗ 'ਤੇ ਇਸ ਸਕੀਮ ਦੀ ਮੈਂ ਇਹ ਅੱਜ ਦੀ ਜਿਹੜੀ ਕਾਲ ਨੂੰ ਉਹਨੂੰ ਉਡੀਕ ਰਿਹਾ ਮੈਂ। ਬਿਲਕੁਲ ਇਹ ਸੀਗੇ ਗੁਰਪ੍ਰੀਤ ਉਗਰਾਹਾ ਜਿਹੜੇ ਕਿ ਉਗਰਾਹਾ ਜਥੇਬੰਦੀ ਦੇ ਆਗੂ ਹੈਗੇ ਨੇ, ਉਹਨਾਂ ਸਾਫ਼ ਤੌਰ 'ਤੇ ਕਿਹਾ ਵਾ ਕਿ ਅੱਜ ਐਸ ਕੇ ਐਮ ਦੀ ਮੀਟਿੰਗ ਚੱਲ ਰਹੀ ਹੈ ਔਰ ਉਸ ਮੀਟਿੰਗ ਦੇ ਵਿੱਚ ਹੀ ਜਿਹੜਾ ਸਿੱਟਾ ਨਿਕਲ ਕੇ ਸਾਹਮਣੇ ਆਊਗਾ ਉਸ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾਊਗੀ, ਔਰ ਜੇ ਅਗਰ ਐਸ ਕੇ ਐਮ ਵੱਲੋਂ ਕੌਲ ਦਿੱਤੀ ਜਾਂਦੀ ਹੈ ਦਿੱਲੀ ਦੇ ਬਰੂਹਾਂ ਦੇ ਜਾਣ ਦੀ ਤਾਂ ਇਹ ਵੀ ਤਿਆਰ ਵਰ ਤਿਆਰ ਖੜ੍ਹੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਸਤਲੁਜ ਟੋਲ ਪਲਾਜ਼ਾ ਦੀਆਂ, ਜਿੱਥੇ ਕਿ ਪਿਛਲੇ ਦੋ ਦਿਨ ਤੋਂ ਲਗਾਤਾਰ ਜਿਹੜਾ ਟੋਲ ਜਿਹੜਾ ਹੈਗਾ ਉਹ ਫ੍ਰੀ ਕਰਾ ਦਿੱਤਾ ਗਿਆ ਵੈ, ਹਰ ਕੋਈ ਸ਼ਖਸ ਬਿਨਾਂ ਟੋਲ ਦਿੱਤੇ ਹੋਏ ਇੱਥੋਂ ਕ੍ਰੋਸ ਕਰ ਰਿਹਾ ਵੈ, ਤੁਸੀਂ ਦੇਖ ਸਕਦੇ ਹੋ ਬਿਨਾਂ ਟੋਲ ਦਿੱਤੇ ਜਾ ਰਹੇ ਹੋ। ਸਰ ਕੀ ਕਹਿਣਾ ਚਾਹੋਗੇ? ਅਸੀਂ ਕਿਸਾਨ ਭਾਈਆਂ ਦੇ ਨਾਲ ਆ ਜੀ, ਇਹਨਾਂ ਨਾਲ ਬਹੁਤ ਧੱਕਾ ਹੋ ਰਿਹਾ, ਅਸੀਂ ਕਿਸਾਨ ਭਾਈਆਂ ਦੇ ਨਾਲ ਆ ਜੀ। ਬਿਲਕੁਲ ਸਹੀ ਕਰ ਰਹੇ। ਹਾਂਜੀ ਹਾਂਜੀ ਬਿਲਕੁਲ ਸਹੀ ਕਰ ਰਹੇ ਜੀ, ਮੋਦੀ ਕਲਿਆਣਾ ਆਉਣਾ ਨਹੀਂ ਚਾਹੀਦਾ, ਅਸੀਂ ਕਿਸਾਨ ਭਾਈਆਂ ਦੇ ਨਾਲ ਆ। ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਅਸੀਂ ਵਿਊ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ, ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਲੋਕਾਂ ਦਾ ਕੀ ਕਹਿਣਾ ਵਾ ਕਿ ਕਿਸ ਤਰੀਕੇ ਨਾਲ ਲੋਕ ਸੋਚਦੇ ਨੇ, ਲੋਕਾਂ ਨਾਲ ਅਸੀਂ ਗੱਲ ਕਰਦੇ। ਸਰ ਕੀ ਕਹਿਣਾ ਚਾਹੋਗੇ, ਜੋ ਆ ਪ੍ਰੋਟੈਸਟ ਹੋ ਰਿਹਾ ਸਹੀ ਹੋ ਰਿਹਾ? ਬਿਲਕੁਲ ਸਹੀ ਹੈ। ਕਿਸ ਤਰੀਕੇ ਨਾਲ ਜਿੱਦਾਂ ਕਿਸਾਨਾਂ ਦੇ ਨਾਲ ਹੋ ਤੁਸੀਂ? ਕਿਸਾਨਾਂ ਦੇ ਨਾਲ, ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ। ਕਿਸਾਨ ਦੇ ਕਰਕੇ ਆਪਾਂ ਅਨਾਜ ਖਾਂਦੇ ਹਾਂ, ਕਿਸਾਨ ਦੇ ਕਰਕੇ ਆਪਾਂ ਰੋਟੀ ਖਾਂਦੇ ਹਾਂ, ਜੇ ਕਿਸਾਨ ਨਹੀਂ ਖੁਸ਼ ਫਿਰ ਆਪਾਂ ਕਿੱਥੋਂ ਖੁਸ਼ ਰਹਾਂਗੇ? ਬਿਲਕੁਲ, ਆਮ ਲੋਕ ਵੀ ਹੁਣ ਇਹਨਾਂ ਕਿਸਾਨ ਜਥੇਬੰਦੀਆਂ ਦੇ ਨਾਲ ਜੁੜ ਰਹੇ ਨੇ। ਇੱਥੋਂ ਇੱਕ ਚੀਜ਼ ਤਾਂ ਸਾਫ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿ ਅਗਰ ਕੇਂਦਰ ਸਰਕਾਰ ਵੱਲੋਂ ਜਲਦ ਤੋਂ ਜਲਦ ਇਸ ਪੂਰੇ ਮੁੱਦੇ ਨੂੰ ਸੁਲਝਾਇਆ ਨਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਦੇ ਬਰੂਹਾਂ ਦੇ ਉੱਤੇ ਜਿਹੜੇ ਕਿਸਾਨ ਜਥੇਬੰਦੇ ਹੈ ਉਹ ਉੱਥੇ ਪਹੁੰਚਣਗੇ ਅਤੇ ਇੱਕ ਵੱਡਾ ਪ੍ਰੋਟੈਸਟ ਨਿਕਲ ਕੇ ਫਿਰ ਸਾਹਮਣੇ ਆ ਸਕਦਾ ਵੈ। ਲੁਧਿਆਣਾ ਤੋਂ ਰੋਹਿਤ ਗੋੜ, ਨਿਊਜ਼ 18।